ਪੰਜਾਬ ਸਰਕਾਰ ਵੱਲੋਂ ਡੀਟੀਓ ਦਫ਼ਤਰ ਬੰਦ ਕੀਤੇ ਜਾਣ ਦੇ ਫੈਸਲੇ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਇਸ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਲੋਕਾਂ ਨੂੰ ਡੀਟੀਓ ਦਫ਼ਤਰ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਦੀ ਕੜੀ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਬੰਦ ਕਰਨ ਦੇ ਫੈਸਲੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਦੀ ਵਜ੍ਹਾ ਨਾਲ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਲੁਧਿਆਣਾ ਵਿਖੇ ਰੋਜ਼ਾਨਾ ਆਪਣਾ ਕੰਮਕਾਜ ਕਰਵਾਉਣ ਵਾਲੇ ਆਮ ਲੋਕਾਂ ਦੀ ਖੱਜਲ ਖੁਆਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਖਾਸ ਕਰ ਚਲਾਨ ਭੁਗਤਾਨ ਕਰਨ ਵਾਲੇ ਲੋਕਾਂ ਨੂੰ ਕਈ ਕਈ ਦਿਨ ਚਲਾਨ ਭੁਗਤਾਨ ਲਈ ਬਰਬਾਦ ਕਰਨੇ ਪੈ ਰਹੇ ਨੇ। ਉਧਰ ਇਸ ਸੰਬੰਧੀ ਜਦੋਂ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਲਵਜੀਤ ਕਲਸੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਦਫ਼ਤਰ ਕੀ ਹੈ ਜੀ, ਇੱਥੇ ਕਮਿਸ਼ਨ ਏਜੰਟ ਫਿਰਦੇ ਆ, ਜਦੋਂ ਭਰਨਾ ਆਉਂਦੇ ਆ ਪਹਿਲਾਂ ਇੱਧਰ ਲਾਈਨ ਨਹੀਂ ਲੱਗਦੀ ਜੀ, ਅਤੇ ਜਦੋਂ ਕਮਿਸ਼ਨ ਏਜੰਟ ਇੱਥੇ ਕਹਿ ਦਿੰਦੇ 200 ਰੁਪਇਆ ਦੇ ਕੇ ਅਤੇ ਸਭ ਤੋਂ ਪਹਿਲਾਂ ਚਲਾਨ ਭਰੇ ਆਉਂਦੇ ਜੀ। ਕਿਹੜਾ ਜੀ? ਨਾ ਨਹੀਂ, ਬਹੁਤ ਵਧੀਆ ਕੀਤਾ ਜੀ, ਬਹੁਤ ਵਧੀਆ, ਚੰਗੀ ਗੱਲ ਹੈ ਜੀ। ਇਹ ਤਾਂ ਔਨਲਾਈਨ ਹੋਣਾ ਚਾਹੀਦਾ ਕੰਮ ਜੀ, ਇਹ ਤਾਂ ਇੱਥੇ ਆ ਕੇ ਧੱਕੇ ਖਾਂਦੇ ਰਹਿੰਦੇ ਆ ਬੰਦੇ ਜੀ। ਕੋਈ ਮੇਰਾ ਕਹਿਣਾ ਇਹ ਜੀ, ਵਕੀਲ ਸਾਹਿਬ ਪੈਸੇ ਲੈ ਕੇ ਚਲਾਨ ਕਰਾਉਂਦੇ ਨੇ ਜੀ, ਉੱਦਾਂ ਹੋਰ ਕੁਛ ਨਹੀਂ ਜੀ। ਨਹੀਂ ਜੀ, ਆਮ ਬੰਦੇ ਵੀ ਕੋਈ ਵੈਲਿਊ ਨਹੀਂ, ਖੱਜਲ ਖੁਆਰੀ ਤਾਂ ਹੋ ਰਹੀ ਹੈ, ਤੁਹਾਨੂੰ ਪਤਾ ਹੀ ਹੈ ਸਰ। ਬਹੁਤ ਵਧੀਆ ਕੀਤਾ ਜੀ, ਕੈਪਟਨ ਸਰਕਾਰ ਆ ਗਏ, ਬਹੁਤ ਵਧੀਆ ਕੀਤਾ ਜੀ ਉਹਨਾਂ ਨੇ। ਬਹੁਤ ਬੁਰਾ ਹਾਲ ਹੈ ਸਰ, 3 ਦਿਨ ਸੇ ਦੌੜ ਦੌੜ ਕੇ ਮੰਡੀ ਗੋਬਿੰਦਗੜ੍ਹ ਸੇ ਆ ਰਹੇ ਹੈ ਸਰ, ਅੱਜ ਜਾ ਕੇ ਅਭੀ ਕਾਮ ਹੁਆ ਸਰ, ਅਭੀ ਬੋਲ ਰਹੇ ਆਧੇ ਘੰਟੇ ਬਾਅਦ ਮਿਲੇਗਾ, ਇਹੀ ਤਾਂ ਹਾਲ ਹੈ। 4 ਦਿਨ ਖਰਾਬ ਹੋ ਗਏ ਸਰ, 1000 ਰੁਪਏ ਕੀ ਦਿਹਾੜੀ ਛੋੜ ਕੇ ਆ ਰਹੇ ਸਰ ਮੰਡੀ ਗੋਬਿੰਦਗੜ੍ਹ ਸੇ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਬੌਬੀ ਕਾਛੀਆ ਦੀ ਰਿਪੋਰਟ, ਚੈਨਲ 2।